ਇਹ ਕੱਲਾ ਸੋਸ਼ਲ ਮੀਡੀਆ 'ਤੇ ਬੋਲਣ ਨਾਲ ਜਾਂ ਕੱਲੀਆਂ ਗੱਲਾਂ ਕਰਨ ਨਾਲ ਅਤੇ ਬਾਦਲ ਪਰਿਵਾਰ ਦਾ ਮੁਕਾਬਲਾ ਕਰਨਾ ਬਹੁਤ ਔਖਾ ਜੀ। ਔਰ ਮੈਨੂੰ ਇੱਕ ਬੜੀ ਗੱਲ ਬੜੀ ਸ਼ਰਮ ਨਾਲ ਕਹਿਣੀ ਪੈ ਰਹੀ ਆ ਕਿ ਸਾਰੀ ਦੁਨੀਆ ਤਾਂ ਇਹ ਕਹਿ ਰਹੀ ਆ ਵੀ ਬਾਦਲ ਪਰਿਵਾਰ ਨੇ ਪੂਰੇ ਬਠਿੰਡੇ ਡਿਸਟ੍ਰਿਕਟ ਨੂੰ ਇੱਕ ਨਮੂਨੇ ਦਾ ਡਿਸਟ੍ਰਿਕਟ ਬਣਾਤਾ ਅਤੇ ਸਾਡੇ ਵਿਧਾਇਕ ਜੀ ਕਹਿ ਰਿਹਾ ਜੀ ਮੈਂ ਬਠਿੰਡੇ ਨੂੰ ਗਿੱਦੜਵੇ ਵਰਗਾ ਬਣਾ ਦੂੰਗਾ। ਹੁਣ ਤੁਸੀਂ ਉਹਦੇ ਮਤਲਬ ਕਿ ਦਿਮਾਗ ਦਾ ਇੱਥੋਂ ਹੀ ਪਤਾ ਲਾ ਲਓ ਵੀ ਸਾਰਾ ਪੰਜਾਬ ਕੀ ਕਹਿ ਰਿਹਾ ਅਤੇ ਉਹ ਕੀ ਕਹਿ ਰਹੇ ਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ, ਬਾਦਲ ਸਾਹਿਬ ਜੱਦੀ ਪੁਸ਼ਤੀ ਸਰਦਾਰ ਆ, ਇਹਦੇ 'ਚ ਕੋਈ ਦੋ ਰਾਇ ਨਹੀਂ। ਖਾਨਦਾਨੀ ਬੰਦੇ ਆ, ਪਬਲਿਕ ਦੀ ਸੇਵਾ ਕਰਨ ਵਾਲੇ ਬੰਦੇ ਆ। ਇਹਨਾਂ ਵਾਂਗੂ ਕੋਈ ਐਕਟਰ ਨਹੀਂ, ਫਿਲਮੀ ਐਕਟਰ ਵੀ ਐਕਟਿੰਗ ਕੁਛ ਹੋਰ ਕਰਨੀ, ਦਿਖਾਉਣਾ ਕੁਛ ਹੋਰ, ਕਰਨਾ ਕੁਛ ਹੋਰ। ਮੈਨੂੰ ਤੁਸੀਂ ਐਂ ਦੱਸੋ ਇਹ ਕਿਹੜੇ ਹਿਸਾਬ ਨਾਲ ਕਹਿ ਰਿਹਾ ਵੀ ਮੈਂ ਇੱਕ ਗਰੀਬ ਨਿਮਾਣੇ ਕਿਸਾਨ ਦਾ ਪੁੱਤ ਹਾਂ। ਇਹ ਨਹੀਂ ਮੈਨੂੰ ਸਮਝ ਆਈ। ਪੂਰੀ ਜ਼ਮੀਨ ਸਾਰੇ ਸਬਵਿਆਂ ਦੇ ਵਿੱਚ ਇਹਦੇ ਹਿੱਸੇ, ਆਪਣੇ ਆਪ ਨੂੰ ਖੁਦ ਤੁਹਾਡੇ ਸਾਹਮਣੇ ਇਹ ਮੰਨ ਕੇ ਗਿਆ ਵੀ ਮੈਂ ਕਰੋੜਾਂਪਤੀ ਆਦਮੀ ਹਾਂ, 2-4 ਕਰੋੜ ਰੁਪਈਆ ਮੇਰੇ ਵਾਸਤੇ ਕੋਈ ਖਾਸ ਗੱਲ ਨਹੀਂ। ਜਿੱਦੇ ਮੈਂ ਕੋਈ ਕਰਪਸ਼ਨ ਕੀਤੀ ਤਾਂ 200-400 ਕਰੋੜ ਦੀ ਕਰੂੰਗਾ। ਇਹਦਾ ਮਤਲਬ ਫਿਰ ਰਜਵਾੜਾ ਸ਼ਾਇਦ ਤਾਂ ਫਿਰ ਇਹ ਵੀ ਹੋ ਹੀ ਗਿਆ ਨਾ। ਹਰ ਚੀਜ਼ ਜਿਹੜੀਆਂ ਇਹ ਗੱਡੀਆਂ 'ਤੇ ਚੜ੍ਹਦਾ, 1.5-1.5 ਕਰੋੜ ਰੁਪਏ ਦੀ ਗੱਡੀ 'ਤੇ ਇਹਦੀ ਵਾਈਫ ਚੜ੍ਹਦੀ ਆ, ਆਪ ਚੜ੍ਹਦਾ ਉਹਨਾਂ ਗੱਡੀਆਂ 'ਤੇ। ਅਤੇ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਫਿਰ ਕਿਉਂ ਨਿਮਾਣਾ ਬਣਿਆ ਫਿਰਦਾ। ਠੋਕ ਕੇ ਜਵਾਬ ਦੇਵੇ ਵੀ ਹਾਂ ਜੀ ਮੈਂ ਇਲੈਕਸ਼ਨ ਲੜੂੰਗਾ, ਮੇਰਾ ਇਹਨਾਂ ਨਾਲ ਮੁਕਾਬਲਾ, ਅਤੇ ਸਿੱਧੇ ਢੰਗ ਨਾਲ ਮੁਕਾਬਲਾ ਕਰੇ। ਕਿਉਂ ਐਵੇਂ ਖਾਮਖਾ ਦੀਆਂ ਹਮਦਰਦੀਆਂ, ਕਦੇ ਲੇਡੀਜ਼ ਦੇ ਉਹਦੇ ਪੈਰੀਆਂ ਥਲਾ 'ਤੇ, ਕਦੇ ਉਹਦੇ ਪੈਰੀਆਂ ਥਲਾ 'ਤੇ, ਕਦੇ ਸਟੇਜ ਤੋਂ ਉੱਤਰ ਕੇ ਮਾਵਾਂ ਦੇ ਵਿੱਚ ਵੜ ਗਿਆ ਵੀ ਇਹਨਾਂ ਨੂੰ ਮੈਂ ਮਾਵਾਂ ਬਣਾਊਂਗਾ। ਆ ਮੈਨੂੰ ਇੱਥੇ ਵੀ 5-7 ਮਾਵਾਂ ਇਹਦੀਆਂ ਟੱਕਰੀਆਂ ਸੀ ਪੁਰਾਣੀਆਂ, ਉਹ ਵਿਚਾਰੀਆਂ ਰੋਂਦੀਆਂ ਫਿਰਦੀਆਂ, ਉਹ ਮੇਰੇ ਕੋਲ ਆਈਆਂ ਵੀ ਬੇਟਾ ਸਾਨੂੰ ਕੁਛ ਮਾੜਾ ਮੋਟਾ ਸਾਡੀ ਮਾਲੀ ਮਦਦ ਕਰਿਆ ਕਰ, ਸਾਨੂੰ ਰਾਜਾ ਮਾਂ ਬਣਾ ਕੇ ਗਿਆ ਸੀ ਅਤੇ ਆ ਅਸੀਂ ਰੋਲਦੀਆਂ ਫਿਰਦੀਆਂ। ਜਿਹੜੀਆਂ ਇੱਥੇ 2-4 ਹਜ਼ਾਰ ਮਾਵਾਂ ਬਣਾਈ ਸੀ ਉਹਨਾਂ ਨੂੰ ਸੰਭਾਲ ਲਏ, ਉੱਥੇ ਕਹਾਂ 5-7 ਹਜ਼ਾਰ ਮਾਂ ਹੋਰ ਆਪਣਾ ਆਪਦੇ ਮਗਰ ਲਾ ਕੇ ਲੈ ਆਊਗਾ। ਇਹ ਸਭ ਡਰਾਮੇਬਾਜ਼ੀਆਂ। ਹਾਂ ਇੱਕ ਕੰਮ ਵਧੀਆ ਹੋ ਸਕਦਾ, ਅਮਿਤਾਬ ਬੱਚਨ ਨੂੰ ਭਾਜੜ ਜ਼ਰੂਰ ਪਾ ਸਕਦਾ ਜੇ ਕਿਤੇ ਉੱਥੇ ਬੰਬੇ ਜਾਵੜੇ, ਐਕਟਿੰਗ ਬਹੁਤ ਸੋਹਣੀ ਕਰ ਲੈਂਦਾ, ਗਲਤ ਥਾਂ 'ਤੇ ਐਡਮਿਟ ਹੋਇਆ ਵਿਆ ਏ। ਇੱਥੇ ਸੇਵਾ ਕਰਨੀ ਪੈਂਦੀ ਆ ਲੋਕਾਂ ਦੀ, ਇਕੱਲੀ ਐਕਟਿੰਗ ਨਾਲ ਨਹੀਂ ਗੱਡੀ ਚੱਲਦੀ। ਛੋਟੀ ਸੋਚ ਦੇ ਮਾਲਕ ਆ ਜੀ ਜਿਹੜੇ ਉਹ ਕਰ ਰਹੇ ਆ, ਇਹਨਾਂ ਦੇ ਸ਼ਰਾਰਤੀ ਅਨਸਰ ਆ। ਇਕੱਲੇ ਪੋਸਟਰ ਦੇ ਕਾਲਖ ਮਾਲ ਨਾਲ ਕਦੇ ਹੀਰੇ ਬੁੱਝ ਜਾਂਦੇ ਆ? ਹੀਰੇ ਤਾਂ ਹਨੇਰੇ 'ਚ, ਰੂੜੀਆਂ 'ਚ, ਕੋੜਿਆਂ 'ਚ ਜਗਦੇ ਆ ਜੀ, ਇਹ ਤਾਂ ਗੱਲ ਹੀ ਕੁਛ ਨਹੀਂ। ਇਹਨਾਂ ਨੇ ਸਾਰਾ ਜ਼ੋਰ ਲਾ ਲਿਆ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਅੱਜ ਮੈਂ ਬੜਾ ਓਪਨਲੀ ਇਹ ਗੱਲ ਕਹਿ ਰਿਹਾ, ਸਾਰੀ ਕਾਂਗਰਸ ਪਾਰਟੀ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਬਦਨਾਮੀ ਕਰਾਤੀ, ਇਹ ਕਰਤਾ, ਉਹ ਕਰਤਾ, ਬਹੁਤ ਕੁਛ ਇਹਨਾਂ 'ਤੇ ਗਾਲਖ ਮਲੀ ਆ। ਅੱਜ ਉਹੀ ਸਰਦਾਰ ਸੁਖਬੀਰ ਸਿੰਘ ਬਾਦਲ, ਸ਼ੇਰੇ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਫਿਰੋਜ਼ਪੁਰ ਦੇ ਵਿੱਚ, 2-2.5 ਲੱਖ ਵੋਟ 'ਤੇ ਜਿੱਤ ਕੇ ਆਉਣਗੇ। ਇਹੀ ਬਾਦਲ ਪਰਿਵਾਰ ਦੇ ਆਪਣਾ ਸਦੱਸਿਆ ਸਰਦਾਰ, ਆਪਣਾ ਬੀਬੀ ਜੀ ਹਰਸਿਮਰਤ ਕੌਰ ਬਾਦਲ 1 ਲੱਖ ਵੋਟ ਤੋਂ ਉੱਤੇ ਜਿੱਤ ਕੇ ਆਉਣਗੇ, ਮੇਰੀ ਅੱਜ ਗੱਲ ਨੋਟ ਕਰ ਲਿਓ। ਅਤੇ ਇਹ ਸਿਰਫ ਇੱਕ ਡਰਾਮੇਬਾਜ਼ੀ ਸੀ, ਇੱਕ ਜੁਮਲੇ ਸੀ ਇਹਨਾਂ ਨੇ ਜਿਹੜੇ ਬਣਾਏ ਆ। ਇਹਨਾਂ ਨੂੰ ਸਿਰਫ ਇਹਨੂੰ ਇਕੱਲਾ ਡਰ ਲੱਗਦਾ ਤਾਂ ਬਾਦਲ ਪਰਿਵਾਰ ਤੋਂ ਲੱਗਦਾ, ਕਾਂਗਰਸ ਪਾਰਟੀ ਨੂੰ। ਇਹਨਾਂ ਦਾ ਸ਼ੁਰੂ ਤੋਂ ਹੀ ਇਹੀ ਮਕਸਦ ਰਿਹਾ ਵੀ ਕਿਵੇਂ ਨਾ ਕਿਵੇਂ ਬਾਦਲ ਪਰਿਵਾਰ ਨੂੰ ਬਦਨਾਮ ਕਰਕੇ ਅਸੀਂ ਖਤਮ ਕਰ ਦਈਏ, ਬਾਕੀ ਅਕਾਲੀ ਦਲ ਨੂੰ ਅਸੀਂ ਭਜਾ ਲਾਂਗੇ। ਪਰ ਜਿਹਦੇ ਬੰਨੀ ਉਹ ਪਰਮਾਤਮਾ, ਉਹ ਕਰਤਾਰ ਆ, ਨਾ ਉਹਨੂੰ ਕੋਈ ਮਾਰ ਸਕਦਾ ਨਾ ਉਹ ਮਰੇ। ਅੱਜ ਦੀ ਮੇਰੀ ਗੱਲ ਯਾਦ ਰੱਖਿਓ, MP ਇਲੈਕਸ਼ਨ ਤੋਂ ਬਾਅਦ 23 ਤਰੀਕ ਨੂੰ ਐਸੇ ਹੈਰਾਨੀਜਨਕ ਨਤੀਜੇ ਆਉਣਗੇ। ਇਹ ਜਾਖੜ ਸਾਹਿਬ ਕਹਿੰਦੇ ਹੁੰਦੇ ਸੀ ਵੀ ਬਾਦਲ ਪਰਿਵਾਰ ਨੂੰ ਕਿਸੇ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਅੱਜ ਸਾਹਮਣੇ ਆ ਰਹੀਆਂ ਨਾ, ਇਹਨਾਂ ਨੂੰ ਨਹੀਂ ਕੋਈ ਪਿੰਡਾਂ 'ਚ ਵੜਨ ਦੇ ਰਿਹਾ। ਲੋਕਾਂ ਨੇ ਪਿੰਡਾਂ ਦੇ ਬਾਹਰ ਵੱਡੇ ਵੱਡੇ ਬੈਨਰ ਕਰਕੇ ਇਹ ਲਾਤੇ ਵੀ ਇੱਥੇ ਕਾਂਗਰਸ ਪਾਰਟੀ ਦਾ ਕੋਈ ਸਾਡੇ ਪਿੰਡ 'ਚ ਵੋਟ ਮੰਗਣ ਨਾ ਆਵੇ। ਇਹ ਉਸ ਪਰਮਾਤਮਾ ਦੀ ਰਹਿਮਤ ਆ, ਸੱਚ ਹਮੇਸ਼ਾ ਸੱਚ ਹੁੰਦਾ, ਝੂਠ ਹਮੇਸ਼ਾ ਝੂਠ ਹੁੰਦਾ। ਅੱਜ ਲੋਕਾਂ ਦੇ ਸਾਹਮਣੇ ਸੱਚ ਆ ਗਿਆ ਅਤੇ ਲੋਕ ਆਪਣੇ ਆਪ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਆ। ਮੋਦੀ ਸਾਹਿਬ ਆਪਣੇ ਕੋਈ ਇਲਾਕੇ 'ਚ ਰੈਲੀ ਰੱਖ ਰਹੇ ਆ? ਹਾਂਜੀ, ਮੇਰਾ ਖਿਆਲ ਹਜੇ ਮੈਨੂੰ ਡੇਟ ਨਹੀਂ ਕਨਫਰਮ, ਲੇਕਿਨ ਬਠਿੰਡਾ ਵੀ ਆ ਰਿਹਾ ਅਤੇ ਸ਼ਾਇਦ ਗੁਰਦਾਸਪੁਰ, 3 ਰੈਲੀਆਂ ਕਰਨਗੇ ਆਪਣਾ ਮਾਝਾ ਮਾਲਵਾ ਅਤੇ ਦੁਆਬੇ ਦੇ ਵਿੱਚ। ਹਜੇ ਮੈਨੂੰ ਡੇਟ ਨਹੀਂ ਕਨਫਰਮ, ਆਉਣਗੇ ਜ਼ਰੂਰ ਮੋਦੀ।